ਪਾਕ ਫੌਜ ਦੇ ਤਕਰੀਆਂ ਤੇ ਤਬਾਦਲੇ DGISI ਦੀ ਕਮਾਨ ਲੈਫਟੀਨੈਂਟ ਜਨਰਲ ਆਸਿਮ ਮੁਨੀਰ ਦੇ ਸਪੁਰਦ ਪਾਕ ਫੌਜ ਦਾ ਐਲਾਨਿਆ ਲੈਫਟੀਨੈਂਟ ਜਨਰਲ ਨਦੀਮ ਜ਼ਕੀ ਮੰਤ ਕੋਰ ਕਮਾਂਡਰ ਮੰਗਲਾ ਲੈਫਟੀਨੈਂਟ ਜਨਰਲ ਸ਼ਾਹੀਨ ਮਜ਼ਹਰ ਕੋਰ ਕਮਾਂਡਰ ਪਿਸ਼ਾਵਰ ਤਾਇਨਾਤ ਲੈਫਟੀਨੈਂਟ ਜਨਰਲ ਅਜ਼ਹਰ ਸਾਲੇ ਅਬਾਸੀ ਚੀਫ ਆਫ ਲੌਜਿਸਟਿਕ ਮੁਕਰਰ ਲੈਫਟੀਨੈਂਟ ਜਨਰਲ ਅਬਦੁਲ ਅਜ਼ੀਜ਼ ਕੋ ਮਿਲਟਰੀ ਸੈਕਟਰੀ ਦਾ ਚਾਰਜ ਦੇ ਦਿੱਤਾ ਗਿਆ ਲੈਫਟੀਨੈਂਟ ਜਨਰਲ ਮੁਹੰਮਦ ਅਦਨਾਨ ਵਾਈਸ ਚੀਫ ਆਫ ਜਨਰਲ ਸਟਾਫ ਤੇ ਲੈਫਟੀਨੈਂਟ ਜਨਰਲ ਵਸੀਮ ਅਸ਼ਰਫ IG ਆਰਮਸ ਤਾਇਨਾਤ ਟੈਕਸਿਸ ਬਹੁਤ ਵੱਧ ਗਏ ਮਹਿੰਗਾਈ ਵਿੱਚ ਇਜ਼ਾਫਾ ਤੇ ਡਾਲਰ ਦੀ ਕੀਮਤ ਉੱਤੇ ਵੇਂਦੀ ਪਈ ਹੈ ਅੱਜ ਕੱਲ੍ਹ ਦੇ ਹਾਲਾਤ ਵਿੱਚ ਲੋਕ ਬਹੁਤ ਪਰੇਸ਼ਾਨ ਹਨ ਗੈਸ ਬਿਜਲੀ ਤੇ ਪੈਟਰੋਲੀਅਮ ਮਸਨੂਆਤ ਤੇ ਇਜ਼ਾਫੀ ਟੈਕਸ ਬਾਰੇ ਕੇਸ ਚੀਫ ਜਸਟਿਸ ਦੇ ਰਿਮਾਰਕਸ ਆਖਿਆ ਪਾਕਿਸਤਾਨ ਸਟੇਟ ਆਇਲ ਦੇ MD 38 ਲੱਖ ਤਨਖਾਹ ਕਿਉਂ ਗਿੰਦੇ ਰਹੀਏ ਕਿਆ ਉਹ ਰਿਆਸਤ ਦਾ ਪਿਆਰਾ ਬੱਚਾ ਹਾ ਦਸਾਇਆ ਵੰਜੇ ਪਿਛਲੀ ਹਕੂਮਤ ਕਿਆ ਕੀਤਾ ਮਾਮਲੇ ਤੇ ਨੈਬ ਤਹਿਕੀਕਾਤ ਦੀ ਤਫਸੀਲਾਤ ਤਲਬ ਸ਼ਹਿਬਾਜ਼ ਸ਼ਰੀਫ ਦੀ ਗ੍ਰਿਫਤਾਰੀ ਤੇ ਨੂਨ ਲੀਗ ਦਾ ਗੁੱਸਾ ਬਰਕਰਾਰ ਅੱਜ ਪੰਜਾਬ ਅਸੈਂਬਲੀ ਦੇ ਬਾਹਰ ਇਹਤਜਾਜ ਦਾ ਐਲਾਨ ਆਪੋਜੀਸ਼ਨ ਜਮਾਤਾਂ ਕੋ ਵੀ ਸ਼ਿਰਕਤ ਦੀ ਦਾਵਤ ਇਹਤਜਾਜੀ ਇਜਲਾਸ 3 ਵਜੇ ਅਸੈਂਬਲੀ ਦੀਆਂ ਸੀੜੀਆਂ ਤੇ ਥੀ ਸੀ ਸਾਬਕ ਸਪੀਕਰ ਪੰਜਾਬ ਅਸੈਂਬਲੀ ਰਾਣਾ ਮੁਹੰਮਦ ਇਕਬਾਲ ਸਦਾਰਤ ਕਰੇ ਸਨ ਮਨੀ ਲਾਂਡਰਿੰਗ ਕੇਸ ਤਫਤੀਸ਼ੀ ਟੀਮ ਦਾ ਕਰਾਚੀ ਚ ਓਮਨੀ ਗਰੁੱਪ ਦੇ ਸਰਬਰਾਹ ਅਨਵਰ ਮਜੀਦ ਦੀ ਸ਼ੂਗਰ ਮਿਲਸ ਦੇ ਦਫਤਰ ਤੇ ਛਾਪਾ 2.5 ਘੰਟੇ ਤੇ ਦਫਤਰ ਦੀ ਤਲਾਸ਼ੀ ਰਿਕਾਰਡ ਛਾਨਬੀਨ ਦੇ ਬਾਅਦ ਸੀਲ ਇਤਰਾਫ ਦੇ ਇਲਾਕੇ ਚ ਰੇਂਜਰਸ ਦਾ ਗਸ਼ਤ IG ਪੰਜਾਬ ਤਾਹਿਰ ਖਾਨ ਦੀ ਤਬਦੀਲੀ ਤੇ ਸਿਆਸੀ ਬਹੁਚਾਲ ਇਲੈਕਸ਼ਨ ਕਮਿਸ਼ਨ ਦਾ ਨੋਟਿਸ ਤਬਾਦਲੇ ਦਾ ਨੋਟੀਫਿਕੇਸ਼ਨ ਮੁਅੱਤਲ ਕਰ ਦਿੱਤਾ ਤਾਹਿਰ ਖਾਨ ਕੋ ਮਹਿਮੂਦ ਉਰ ਰਸ਼ੀਦ ਦੇ ਪੁੱਤਰ ਦਾ ਮਾਮਲਾ ਨਾ ਦਬਾਉਣ ਤੇ ਹਟਾਇਆ ਗਿਆ ਮਰੀਅਮ ਔਰੰਗਜ਼ੇਬ IG ਹਕੂਮਤੀ ਅਹਿਕਾਮਾਤ ਕਹਿ ਨਹੀਂ ਮੰਨੇ ਇਸ ਅੰਗ ਤਬਦੀਲ ਕੀਤਾ ਫਵਾਦ ਚੌਧਰੀ ਦੀ ਵਜ਼ਾਹਤ ਇੰਤਜ਼ਾਰ ਦੇ ਦਿਨ ਖਤਮ 50 ਲੱਖ ਘਰਾਂ ਦੀ ਤਾਮੀਰ ਦਾ ਪਲਾਨ ਤਿਆਰ ਵਜ਼ੀਰ ਆਜ਼ਮ ਇਮਰਾਨ ਖਾਨ ਅੱਜ ਮਨਸੂਬੇ ਦਾ ਇਫਤਤਾਹ ਕਰੇ ਸਨ